ਤੁਸੀਂ ਜੋੜਾ ਲਾਣ ਲੱਗਿਆ ਕੀ ਚੀਜ਼ਾਂ ਦੇਖੀਆਂ ਦੋਸਤ 800 ਤੋਂ ਉੱਤੇ ਬੰਦਾ 838 ਬੰਦੇ ਨੇ ਮਾਦੀ ਤੇ ਆਓ ਪਹਿਲੇ ਮਾਦੀ ਤੋਂ ਸ਼ੁਰੂ ਕਰਨਾ ਚਾਹੀਦਾ ਕਿ ਤੁਸੀਂ ਮਾਦੀ ਦੇ ਜਿਸਮ ਤੇ ਆਓ ਪਹਿਲੇ ਜਿਸਮ ਤੁਸੀਂ ਕੀ ਦੇਖਿਆ ਜੈਨੂਇਨ ਗੱਲਾਂ ਕਰਨੀਆਂ ਨੇ ਇਹ ਸਾਰੀ ਦੁਨੀਆ ਦਾ ਰਿਕਾਰਡ ਭਾਈ ਜੈਨੂਇਨ ਗੱਲਾਂ ਕਰਾਂਗਾ ਠੀਕ ਇਹ 900 ਤੋਂ ਉੱਤੇ 2000 ਦੇ ਕੋਲ ਕੋਲ ਬੰਦਾ ਜਾਣਾ ਕਿਉਂਕਿ ਛੋਟੀ ਸੀ ਲੋਕ ਬਾਰ ਬਾਰ ਕਹਿ ਰਹੇ ਨੇ ਉਰਦੂ ਮੇਂ ਬਾਤ ਕਰ जमीन चंगी हो जमीन चंगी हो बी गंदा पा दे ना तो फसल फिर भी नहीं होंगी ठीक है जमीन चंगी ना उन्दे चे बी भी एक नंबर पैना चाहिए पाओ फिर बी खाली खाली मादी का किरदार नहीं होंदा जी नर का भी मेरी नजर नर का बड़ा किरदार होंगे ठीक है जी। जमीन चंगी हो बी चंगा हो तो सोने का सुहागा हो जाता ठीक उन्होंने दोनों च एक चीज गलत हो बाकी जोड़ा लान की गल मैं जेडे अपने कबूतर के जोड़े लाए ना मैं सारे जोड़े लाए ने ब्लड वाइज कदी मतलब फड़ के नहीं लाया जारे ने कहा जारे फलाने की धी फलाने के पुत्र ला दे तेरा जोड़ा पास क्योंकि मेरे को कबूतर बने ने ना मेरे कबूतर किथे भी होंगे फड़ के जोड़ा लाने की जरूरत नहीं अच्छा मैं एक गुजारिश करता तो कबूतर नहीं है किसी जगह हाँ जी तुसी तो उस्ताद हो ना अगर डिग्री थोड़े को लाहौर चैंपियन हो बेशमार हुण किते जाके जोड़ा लाना पै जांदा हुण 941 बंदा साडे नाल खड़ा है ਅਸੀਂ ਜੋੜਾ ਲਾਣਾ ਹੈ ਜੀ ਬਿਲਫਰ ਕਿਸੇ ਨਰ ਮਾਦੀ ਦਾ ਤੇ ਮਾਦੀ ਦੇ ਜਿਸਮ ਪਰ ਥੋੜਾ ਜਿਹਾ ਟਿਪ ਤੇ ਦਿਓ ਨਾ ਕਿ ਯਾਰ ਇਹ 2-4-5 ਚੀਜ਼ਾਂ ਦੇਖ ਕੇ ਜੋੜਾ ਲਾਓ ਮੈਂ ਜਿਹੜਾ ਬਾਕੀ ਖੂਨ ਦੇ ਉੜਾਇਆ ਪਤਾ ਲੱਗਣਾ ਮੈਂ ਜਿਹੜਾ ਜੋੜਾ ਲਾਉਣਾ ਨਾ ਹਾਂਜੀ ਇਸ ਗੱਲ ਤੇ ਆਓ ਹਾਂਜੀ ਥੋੜਾ ਜਿਹਾ ਸਾਈਜ਼ ਦੇ ਵਿੱਚ ਨਰ ਮਾਦੀ ਨਾਲੋਂ ਨਾ ਕੋਈ 1-2 ਪੁਆਇੰਟ ਵੱਡਾ ਹੋਵੇ ਠੀਕ ਹੈ ਮਾਦੀ ਥੋੜੀ ਮੀਡੀਅਮ ਹੋਵੇ ਅੱਛਾ ਜੀ ਅਗਰ ਉਹ ਮੀਡੀਅਮ ਤੇ ਥੋੜੇ ਵੱਡੇ ਸਾਈਜ਼ ਦਾ ਜੋੜਾ ਲੱਗੇਗਾ ਨਾ ਬੱਚੇ ਜਿਹੜੇ ਨਿਕਲਣ ਦੇ ਪੱਠੀਆਂ ਪੱਠੇ ਮੀਡੀਅਮ ਨਿਕਲਣ ਸਾਈਜ਼ ਤੇ ਹੋ ਗਿਆ ਤੁਸੀਂ ਵਾਰੀ ਵਾਰੀ ਸਾਰੀਆਂ ਚੀਜ਼ਾਂ ਦੇ ਉੱਤੇ ਆਣਾ ਹੁਣ ਜੋੜ ਤੇ ਆਓ ਜੋੜਦੇ ਠੀਕ ਹੈ ਅਗਰ ਕਬੂਤਰ ਦਾ ਜਿਸਮ ਪਲੇਨ ਹੈ ਨਾ ਮਲੈਮੀਆ ਤੇ ਠੀਕ ਹੈ ਠੀਕ ਹੈ ਅਗਰ ਜਿਸਮ ਮਲੈਮ ਹੈ ਵੇ ਤੇ ਜੋੜ ਬੰਦ ਹੋਏ ਲੇਕਿਨ ਇੰਨਾ ਜਾਂ ਗੈਪ ਹੋਵੇ ਯਾਨੀ ਕਿ ਵਿੱਚ ਨਾ ਸੂਈ ਲੰਘ ਜਾਵੇ ਸੂਈ ਲੰਘ ਕੇ ਇੱਕ ਤੀਲੀ ਲੰਘ ਜਾਵੇ ਲੱਗ ਜਾਏ ਇਹਦਾ ਹੋਏਗਾ ਪਤਾ ਕੀ ਕਿ ਇਸ ਜੋੜ ਦਾ ਕਬੂਤਰ ਗਰਮੀ ਦੇ ਵਿੱਚ ਮੈਂ ਉਹ ਗੱਲ ਕਰਨੀ ਮੈਂ ਮਤਲਬ 35-36 ਦੀ ਨਹੀਂ ਗੱਲ ਹੋ ਰਹੀ ਕਿਉਂਕਿ ਮੈਂ ਹਰ ਵਾਰ ਟੈਂਪਰੇਚਰ ਨਹੀਂ ਦੱਸਾਂਗਾ ਜੀ ਮੈਂ ਕਰਨ ਡਿਆ ਵਾਂ 42+ ਟੈਂਪਰੇਚਰ ਦੀ ਗੱਲ ਠੀਕ ਹੈ ਅਗਰ ਜੋੜ ਦੇ ਵਿੱਚ ਗੈਪ ਨਹੀਂ ਨਾ ਹੋਏਗਾ ਕਬੂਤਰ ਅਪ ਡਾਊਨ ਨਹੀਂ ਹੋਏਗਾ ਜਿਹੜਾ ਆ ਕੇ ਕਬੂਤਰ ਹਿੱਟਾਂ ਮਾਰਦੇ ਨਾ ਉਹ ਹਿੱਟਾਂ ਨਹੀਂ ਮਾਰਨਗੇ ਗਰਮੀ ਜਦੋਂ ਜ਼ਿਆਦਾ ਪੈਗੀ ਜਿਹੜਾ ਜੋੜ ਬਿਲਕੁਲ ਵੈਲਡਿੰਗ ਹੋਇਆ ਹੋਏਗਾ ਨਾ ਲੋਇਰ ਦਾ ਜਿਹੜਾ ਕਿੱਲ ਲੱਗਾ ਹੁੰਦਾ ਉਹ ਜਦੋਂ ਗਰਮੀ 'ਚ ਕਬੂਤਰ ਛੱਤ ਤੇ ਆਏਗਾ ਨਾ ਉਹ ਇੰਜ ਨਹੀਂ ਬਹਿਗਾ ਉਹ ਇੰਜ ਜਾਏਗਾ ਇੱਕ ਤਾਂ ਫੈਦਰ ਨੂੰ ਜਾਏਗਾ ਇੱਕ ਤਾਂ ਫੈਦਰ ਉਹ ਰੇਂਜ ਬਣਾਏਗਾ ਫਿਰ ਉਹ ਆ ਕੇ ਆਪਣੇ ਮਤਲਬ ਜਗ੍ਹਾ ਤੇ ਬਹਿਗਾ ਮੈਂ ਜੋੜੇ ਜਿਹੜੇ ਲਾਏ ਨੇ ਜਿੰਨਾ ਜਿਹੜੇ ਪਾਸ ਹੋਏ ਨੇ ਉਹ ਇਸ ਤਰ੍ਹਾਂ ਹੀ ਨੇ ਇਸ ਟਾਈਮ 1000 ਤੋਂ ਉੱਤੇ ਬੰਦਾ